Thank you.
Baby, I need my
ਨੂੰ ਸੋਹਣਾ ਰੂਪ ਪਾਇਓ, ਦੁਨੀਆਂ ਦੇ ਹਰ ਗਮ ਤੋਂ ਮਹਿਫੂਜ਼ ਰਹੋ। ਜ਼ੇਵਰ ਲੈ ਗਏ, ਨਿਸ਼ਾਨ ਲੈ ਗਏ, ਮੈਂ ਆਖਿਆ ਜ਼ੇਵਰ ਲੈ ਗਏ, ਨਿਸ਼ਾਨ ਲੈ ਗਏ। ਮੈਂ ਸੈਦਾਂ ਦਾ ਨੁਕਸਾਨ ਦੱਸਣਾ ਹੈ, ਕਿੰਨਾ ਅਜ਼ਾਦਾ ਰਕਮ ਹੈ, ਸਿਆਦਾ 120 ਚੋਂ 12, 84 ਯਤੀਮਾਂ ਚੋਂ 9, 53 ਮਾਮਲਾਂ ਚੋਂ 3। ਜੇ ਅਜੇ ਸਮਝ ਨਾ ਆਈ ਹੋਵੇ, 3-4 ਖਾਂ ਜਿਹੜੀ ਬੀਬੀ ਕਤਾਰ ਫਿਰਾਵਾਂ ਦੀ ਗਿਣ ਕੇ ਗਈ ਹੈ, ਉਹ ਭੇਣ ਕੱਲ ਹੀ ਤੁਰ ਪਈ। ਪੂਰੇ ਸ਼ਾਮ ਵਿੱਚ ਕਿਤਲਾ ਆਮ ਹੋ ਗਈ, ਫਿਰਾਵਾਂ ਮੋਈ ਬੱਲੀ ਬਹਿੰਦੀ। ਮੇਰੇ ਬਾਅਦ ਜਿਹਨਾਂ ਪੜ੍ਹਨਾ ਜਾਏ ਲਿਓ ਆਸਨ ਮੈਂ ਮੰਦਰ ਛੁੜੇ ਸਨ। 4, 5 ਜਾਂ 7 ਸਾਲ ਤੋਂ ਸਕਲੈਨ ਸਹੀ ਮੈਂ ਹਰ ਬੰਦੇ ਕੋਲ ਪੁੱਛੇ, ਯਜ਼ੀਦ ਜੈ ਸਰਦਾਰ ਲੈ ਇੱਕ ਕਹਿਣ ਦਾ ਘਰ ਨਹੀਂ, ਕੀ ਮੌਲਾ ਸਜਾਦ ਦੀ ਕੈਦ ਰਿਹਾ ਕੀਤੀ ਕਿਉਂ, ਸ਼ਾਮ ਵਿੱਚ ਲੋਕ ਬਾਗੀ ਕਿਉਂ ਥੈਨ ਹੀਰੇ ਨਾਂ ਤੋਂ, ਯਜ਼ੀਦ ਜ਼ਾਲਿਮ ਹੈ ਜਿਹੜੇ ਘੁਸ ਗਏ ਇਹ ਮਜ਼ਲੂਮ ਹੈ। ਇੱਕ ਆਲਮੀ ਸੈਯਦ ਜ਼ਹੀਰ ਸ਼ਿਰਾਜ਼ੀ, ਉਹਨਾਂ ਸੈਯਦ ਸਰਕਾਰੀ ਸ਼ਾਹ ਜੀ ਮੈਂ ਦੱਸਾਏ, ਜੋ ਕਿ ਜ਼ਾਲਿਮ ਮੌਲਾ ਸਜਾਦ ਦੀ ਕੈਦ ਕਿਉਂ ਰਿਹਾ ਕੀਤੀ, ਆਪੋ ਤੋਂ ਫੜ ਛੋੜਾ। ਸ਼ਾਮ ਦੇ ਸ਼ਹਿਰ ਮੁਲਕ ਵਿੱਚ ਇੱਕ ਈਸਾਈ ਰਹਿੰਦਾ ਹੈ, ਕੋ ਜਾਣਦਾ ਮੋਮਿਨਾ ਹੀ ਇੱਕ ਹਰਣੀ ਪਕੜੀ ਸੈਯਦ, ਤਵੱਜੋ ਕਰਾਇਆ ਅੱਜ ਮਜਲਿਸ, ਇੱਕ ਈਸਾਈ ਨੇ ਹਰਣੀ ਪਕੜੀ। ਇਹ ਦਿਲ ਵਿੱਚ ਇਰਾਦਾ ਕਰਕੇ ਆਧਾਰੇ ਭਾਈ ਮੈਂ ਜੇ ਹਰਣੀ ਯਜ਼ੀਦ ਕੁੜੇ ਨੂੰ ਹਾਕੇ ਮੈਂ ਖੁਸ਼ ਨਹੀਂ ਸੀ, ਮੈਂ ਕੋਈ ਇਨਾਮ ਨਹੀਂ ਸੀ। ਹਰ ਬੰਦਾ ਤਵੱਜੋ ਨਾਲ ਮੇਰੀ ਗੁਜ਼ਾਰਿਸ਼ ਸੁਣਾਏ, ਇਹ ਈਸਾਈ ਰਿਵਾਇਤ ਕਰਦਾ ਇਹਦੇ ਜੇ ਮੈਂ ਹਰਣੀ ਪਕੜ ਕੇ ਆਉਂਦਾ ਪਿਆ ਹੈ, ਹਰ ਗੱਲੀ ਵਿੱਚ ਹਰਣੀ ਝੋਪੇ, ਨਾ ਸੱਜੇ ਵਹਿੰਦੀ ਹੈ ਨਾ ਖੱਬੇ ਵਹਿੰਦੀ ਹੈ, ਇਹਦੇ ਇੱਕ ਗੱਲੀ ਐਸੀ ਆਈ ਜੇ ਹਰਣੀ ਦਾ ਰੁੱਖ ਹੈ। ਇਹਦੇ ਮੈਂ ਕੋਸ਼ਿਸ਼ ਕੀਤੀ ਹੈ ਜੋ ਹਰਣੀ ਆਪਣੇ ਪਾਸੇ ਕਰਾਂ, ਇਹਦੇ ਮੈਂ ਜਿਤਨਾ ਵੱਸ ਲਾਇਆ ਜਾਨਵਰ ਹੀ ਜ਼ੋਰ ਵੱਡਾ ਲਾਇਆ, ਇਹਦੇ ਆਖਿਰ 'ਤੇ ਮੈਂ ਹਰਣੀ ਦੀ ਹੱਸਾ ਛੋੜ ਦਿੱਤਾ। ਭਾਈ ਅੱਲਾ ਜਾਣੇ ਇਹ ਵਹਿੰਦੀ ਕਿਹੜੇ ਪਾਸੇ, ਜਿਹੜੇ ਹਾਜ਼ਰ ਬੈਠੇ ਹੋ ਮੈਂ ਲਿਖਾਏ ਕਿ ਸਹੀ ਆਦੇ ਜਾਏ ਮੈਂ ਹਰਣੀ ਨੂੰ ਛੋੜਾ ਨਾ, ਇਹ ਆਦੇ ਹਰਣੀ ਟੁਰ ਪਈਏ ਮੈਂ ਇਹਦੇ ਪਿੱਛੂ ਟੁਰ ਪਈਆਂ, ਹਰਣੀ ਕਿਹੜੇ ਪਾਸੇ ਵੱਜਣਾ, ਹਾਂ ਇਹ ਸਹੀ ਆਦੇ ਹਰਣੀ ਉਂਝਾ ਤੇ ਆਈਏ ਜਿੱਥਾ ਪਿਓ ਅਤੇ ਪੁੱਤਰ ਕਹਿੰਦੀ ਹਾਂ। ਵੱਡੇ ਕੈਦੀ ਦੀ ਅੱਖਾਂ ਚੋਂ ਰਾਤੇ ਪਾਸਾਂ ਯਾਦ ਕਰ ਮੈਂ ਲਿਖਾਏ, ਛੋਟਾ ਕੈਦੀ ਰੱਬ ਸਾਫ ਕਰੇ, ਇਹਦੇ ਹਰਣੀ ਨੂੰ ਮੈਂ ਲਿਖਿਆ ਆਪਣੀ ਪੇਸ਼ਾਨੀ ਕੈਦੀ ਦੇ ਪੈਰਾਂ 'ਚ ਰੱਖ ਕੇ ਹਰਣੀ ਕੋਈ ਗੱਲ ਕੀਤੀ, ਇਹਦੇ ਹਰਣੀ ਦੀ ਜ਼ਬਾਨ ਮੈਂ ਕੋਈ ਸਮਝ ਨਹੀਂ ਆਈ, ਮਗਰ ਕੈਦੀ ਆਖਿਆ ਮੈਂ ਕਹੀ ਸਲਾਮ ਆਦੇ ਜਾਏ ਮੈਂ ਕੈਦੀ ਦਾ ਲਫ਼ ਸੁਣਿਆ ਨਾ, ਮੈਂ ਕਹੀ ਸਲਾਮ ਹੋਈ, ਮੈਂ ਮੁਤਮਾਨ ਹੋਇਆ ਵੀ ਹਰਣੀ ਸਲਾਮ ਕੀਤਾ। ਮੈਨੂੰ ਲਿਖਿਆ ਆਦੇ ਮੇਰੀ ਹੈਰਾਨਗੀ ਦੀ ਹੱਦ ਵੱਜ ਰਹੀ, ਆਦੇ ਮੈਂ ਦਿਲ ਵਿੱਚ ਸੋਚਿਆ ਜਿਹੜਾ ਜਾਨਵਰ ਦੀ ਬੋਲੀ ਸਮਝਦਾ ਹੈ ਇਹ ਕੋਈ ਆਮ ਨਹੀਂ, ਆਦੇ ਮੈਂ ਬਹਿ ਗਈ ਮੈਂ ਪੁੱਛਿਆ ਕੈਦੀ ਤੂੰ ਕੌਣ ਹੈ, ਤੂੰ ਜਾਨਵਰ ਦੀ ਬੋਲੀ ਸਮਝਦਾ, ਆਦੇ ਮੇਰੇ ਆਖਣ ਦੀ ਦੇ ਰਹੀ ਕਹਿੰਦੀ ਸੱਚ ਆ ਕੇ ਆਦੇ ਕਰਬਲਾ ਦੇ ਮੈਦਾਨ ਵਿੱਚ ਮੁਸਲਮਾਨ ਜਿਹੜੀ ਲੁੱਕ ਪਈ ਹੈ ਅਸਾਂ ਸਾਰੇ ਉਜੜ ਗਏ ਹਾਂ, ਇਹ ਸਾਰਾ ਘਰ ਰਸੂਲ ਦਾ ਘਰ, ਮੈਂ ਸਜਾਦ ਹੁਸੈਨ ਦਾ ਪੁੱਤਰ ਹਾਂ, ਜ਼ਿੰਦਾਂ ਵਿੱਚ ਮੇਰੀਆਂ ਮਾਵਾਂ ਮੇਰੀਆਂ ਫੁੱਫੀਆਂ ਕੈਦ ਨੇ, ਇਹਦੇ ਤਾਂ ਸਾਹਮਣੇ ਹੋਏ ਨਾ ਇਹ ਵਾਕਿਆ ਵਿੱਚ
जानवर की बोली समझते और जमदम मिना पूरे शाम दिया गलिया ईसाई रो रो के बता है लोगों जरा कर बला मारा गए रसूल का पुत्र है हर बंदे तवज्जो दी है भाई ईसाई है जो अल्लाह जाने के बदाल है मैंने लिखा है हे ईसाई अल्लाह जाने के बदाल है एक बंदे रोक है के प्यार है वहां कहे काम कार छोड़ो रसूल का घर उकड़ गए बिस्मिल्लाह करो गल जल्दी जल्दी सगलैन सही जालम तक पहुंच गई भाई एक ईसाई है जड़ा गलियां जो दाद है जड़े कायद रसूल के पुत्र जड़िया बीबियां ने रसूल दियां दियां ई जालम ने फौज भेजी है ईसाई को गिरफ्तार की तस हत्ता के लिए को मरा छोड़ा सा इन लाश दरवाजे पे है इन बीबी बिठा बारिश की लाश है मैं लिखा है कि तड़पिए याद ये होने तक ठीक है पहले वारस को कहीं मार रहे एक औरत आ दिए एक फौज मार रही एक यजीद मराए बीबियां ने मेरे वारस का जुर्म मैंने लिखा है पहले वारस का जुर्म एक औरत आ दिए जेडे कैदी कैद उन्होंने दी वकालत की थी एक यजीद मरा छोड़ा है ये आ दिए जे कैदियां दी वकालत की थी तो एक हाकिम मराए एक दफनावना नहीं कोई थानी रखो मैं होने वाला नहीं हूं अल्लाह होवे मोमिन बावे मजले से रोवे कि नहीं और जान दो मोमिन अल्लाह गवाह है जिंदा दे दर ते आके अली जैन अलाबदीन दे कदम ते हाथ रख के बैठिया दिए जे तू रसूल दा पुत्र है तेरी वजह नाल मेरा घर उजड़ गए सदके सदके भाई सदके बिस्मिल्लाह जे तू रसूल दा पुत्र है तुम्हारे वास्ते मुर्दे जिंदा करना कोई बड़ा काम नहीं ਕਦੇ ਵਾਰਸ ਦੀ ਜ਼ਿੰਦਗੀ ਦੇ ਬਾਦਸ਼ਾਹ ਫਰਮਾਨਨ ਫਰਵਾਨ ਕਦੇ ਵਾਰਸ ਜ਼ਿੰਦਾ ਹੈ ਕਿਹੜੇ ਹਾਜ਼ਰ ਬੈਠੇ ਹੋ ਇਮਤਿਆਜ਼ ਜ਼ਿੰਦਗੀ ਦੇ ਹਰ ਗਮ ਤੋਂ ਮਹਿਫੂਜ਼ ਰਹੋ ਇੱਕ ਉਬਾਲੇ ਚੁਰੀਏ ਤੇ ਆਪਣੇ ਦਰਵਾਜ਼ੇ ਤੇ ਆਈ ਜਿੰਨੇ ਲੋਕ ਦਰਵਾਜ਼ੇ ਤੇ ਜਮ੍ਹਾਂ ਹਨ ਸਾਰੇ ਹੈਰਾਨ ਹੋਣੇ ਮਰ ਗਿਆ ਹੈ ਤੇ ਹੁਣ ਜ਼ਿੰਦਾ ਹੈ ਕਿਹੜੀ ਕੋ ਡਿੱਟਾ ਸੀ ਵਾਰਸ ਦੇ ਪਾਸੇ ਦੇ ਕੇ ਆਦੀ ਅਲਹਮਦੁਲਿਲਾ ਜ਼ਿੰਦਗੀ ਮਿਲ ਗਈ ਹੈ ਜਿਹੜੇ ਹਾਜ਼ਰ ਬੈਠੇ ਹੋ ਮੈਨੂੰ ਲਿਖਾ ਹੈ ਜ਼ਿੰਦਗੀ ਮਿਲ ਗਈ ਹੈ ਇਹ ਆਦੇ ਜ਼ਿੰਦਗੀ ਮਿਲ ਗਈ पूरे शाम लोग जिंदा लिखा है सच बदाद है बागी नहीं अगर वो बागी हो मैं ना तो ये जिंदा ना हो कल चलती चलती हो मैं ना मुल्क दर मुल्क चलती गई ये हरामी अपनी हकूमत दे खाटे दी वजह डर के ये रिहा की थे भाई मुल्क दर मुल्क मैं ये बागी नहीं बनी बस जेवर लगे 120 चुबाधाम 84 यतीमा जो नौ घिन के मासूम हसैन की कबर का सलाम करके मोमिना त्रय मीर करबला तो पहले अली जैन अलाबदीन के पास लेके अली दी धी पे फरमेंदन महारी जी अम्मा आज केड़ा दिन है अम्मा आज भी सफर है मेरे भिरान का चेहला में तो के अम्मा तो सच फरमाए बाबे का चेहला में अली दी धी आदि सजा तू जान रहे जब मेरे भिरान का पहला चेहला में मेरे मेरी सतवीं पेशी है भला बेटा करबला कितना दूर है अम्मा आज पांच मंजिला बाकी है अली दी धी आदि कितने दी लग सन अम्मा कम से कम त्रय दी सतर समझाए कम से कम त्रय दी बीबी पांच का दिन मेरे एक मैं होण बजना ਕਿਉਂ ਮਾਂ ਤੁਸਾਂ ਬਣ ਸਕਦੇ ਹੋ ਤੁਹਾਡੇ ਅਖਤਿਆਰ ਹੋਏ ਸੈਯਦਾਦਾ ਤਾਰੀਖ ਅਤੇ ਜੰਗਲ ਮੁਕੀਆਂ ਨਾ ਹੈ ਜਾਂ ਇੱਕ ਜ਼ਿੰਮੇਦਾਰ ਹੈ ਜਿਹੜਾ ਖੇਤੀ ਦੇ ਬੰਨੇ ਤੇ ਖੜਾ ਹੈ ਦੂਰ ਤੋਂ ਆਉਂਦੇ ਹੋਏ ਮਹਮਲ ਦੇ ਚਨਸ ਮੋਮਿਨਾ ਕਰ ਦੇ ਹੱਥ ਦੇ ਤਨ ਸਾਰੇ ਅਜ਼ਾਦ ਹੈ ਕਰਾਏ ਦੋਆ ਸਾਲ ਤੇ ਰੱਖ ਕੇ ਆਸਮਾਨ ਵਾਲੇ ਪਾਸੇ ਦੇ ਕੇ ਖੜਾ ਦੇ ਹੈ ਮੈਂ ਅੱਲਾ ਹਰ ਕੋਈ ਵੱਲਾ ਵੇਂਦਾ ਕਦਾ ਮੈਂ ਇਹ ਨੇਕ ਸਾਂਝ ਅਕਬਰ ਦੇ ਪਾਲਣ ਵਾਲੀ ਮਾਈ ਵੱਲ ਗਈ ਹੈ ਜਵਾਨੀ ਨਸੀਬ ਹੋ ਗਈ ਮੈਨੂੰ ਇਹ ਗੱਲ ਤੁਸੀਂ ਸੁਣੀ ਹੈ ਰੋ ਪਾਇਓ ਤੇ ਭੇਣ ਨਾ ਬਣੀ ਹੋ ਸੀ ਉਹ
ਮਾਂ ਪਿਆ ਧੀਏ ਜਿਹੜਾ ਬੈਣ ਖੇਤੀ ਦੇ ਬੰਨੇ ਤੇ ਧੀ ਪਈ, ਮਿਹਰਬਾਨੀ ਕਰ ਮੇਰੀ ਮਾਂ ਦੇ ਮਹਿਮਲ ਦੇ ਨੇੜੇ ਆ ਕਰ। ਜਿਹੜਾ ਹਾਜ਼ਰ ਬੈਠੇ ਹੋ ਮੰਦਰ ਉਹ ਸੀ ਸੈਯਦਾਦਾ ਲਗਵਾ ਹੈ ਬਾਦਸ਼ਾਹ ਸਜਾਦ ਅਲੈ ਸਲਾਮ ਤੁਰਨ ਜ਼ਿੰਮੇਦਾਰ ਦੇ ਸਾਹਮਣੇ ਆਏ। ਚਾਚਾ ਪਹਿਲਾ ਲਾਭ ਜ਼ਿੰਮੇਦਾਰ ਮੇਰਾ ਸਲਾਮ ਇਹ ਸੱਚ ਹੈ, ਰੁਣੀਆਂ ਹੋਈਆਂ ਰੱਬ ਭਰੀ ਅੱਖੀਆਂ ਡਿੱਠੀਆਂ ਨੇ ਅਤੇ ਮੁਸਾਫਿਰ ਮੇਰੇ ਲੱਗ ਸਲਾਮ। ਮੁਸਾਫਿਰ ਭੁੱਖਾ ਲੱਗਦਾ ਹੈ, ਕੋਈ ਜਿਹੜਾ ਗਰੀਬ ਹੋਵੇ ਪਾਣੀ ਰੋਂਦਾ ਹੈ, ਤੂੰ ਰੱਤ ਰੋਂਦਾ ਵਜਹ ਕੇ ਰੱਤ ਕਿੱਥਾ ਰੋਂਦਾ ਹੈ ਗਰੀਬ ਆਦਾ ਸ਼ਾਮ। ਹਲੋ ਕੋਈ ਸਜਣ ਮਰੇ ਸੈਯਦਾ ਨੇ ਮੇਰਾ ਬੱਚਾ ਕੁਝ ਨਹੀਂ ਮੇਰੇ ਤੱਕ ਹੀ ਨਹੀਂ ਆਇਆ, ਫਿਰ ਮੈਨੂੰ ਬਹਿਣ ਐਸਾ ਕੀਤਾ ਹੀ ਮੇਰੇ ਪਰਦਾਦਾਰ ਨੂੰ ਆਇਆ ਨਹੀਂ। ਮਿਹਰਬਾਨੀ ਕਰ ਸਕਦਾ ਹੈ ਤਾਂ ਹੀ ਹੋਵੇ ਮੇਰੀ ਮਾਂ ਦੇ ਮਹਿਮਲ ਦੇ ਨੇੜੇ ਆ ਕਰ। ਜਿਹੜਾ ਹਾਜ਼ਰ ਬੈਠੇ ਹੋ ਲੋਕੋ ਸੀ ਅੱਲਾ ਗਵਾ ਹੈ ਸੈਯਦਾ ਇਹਨੇ ਜ਼ਮੀਨ ਵਾਲੇ ਪਾਸੇ ਲੈ ਕੇ ਆਉਂਦੇ ਨਾਰਾਜ਼ ਨਾ ਥੀ ਮੈਂ, ਤੂੰ ਮਹਿਮਲ ਦੇ ਨੇੜੇ ਦਾ ਹੱਦ ਹੈ ਮੈਂ ਮਹਿਮਲ ਦੇਖਣਾ ਨਹੀਂ। ਹਲੋ ਪਰ ਮੈਨੂੰ ਕਿਉਂ ਨਾ ਦਿੱਤਾ ਅਤੇ ਤਦਾਂ ਦੇ ਸਾਂਝਣਾ ਅਕਬਰ ਦੇ ਪਾਲਣ ਵਾਲੀ ਮਾਂ ਵੱਲ ਵੈ ਸੀ ਸੈਯਦਾ ਦੇ ਖਾਲੀ ਨਾ ਮਲਾਮ ਕੇ ਉਮਤ ਤੋਂ ਖਾਲੀ ਵਲਾਏ ਮਜਬੂਰ ਕੀਤਾ ਸੀ। ਜਿਹੜੇ ਅਦਬ ਸੁਣਦੇ ਹੋ ਮੈਂ ਬੜੀ ਖਾਏ ਪੀਆ ਤਾਈ ਦਾ ਵਾਸ ਕੋਈ ਨਹੀਂ ਲੱਗਾ ਸੈਯਦ ਇਹ ਅੱਖਾਂ ਤੇ ਪੱਟੀ ਬੱਧੀ ਹੈ ਅਤੇ ਮੁਸਾਫਿਰ ਮੈਂ ਗੁਗੇ ਨਹੀਂ ਹੋਈ ਅਗੂ ਅਲੀ ਫੈਨ ਅੱਲਾ ਮਦੀਨ ਪਿੱਛੋਂ ਮੋਮਿਨਾ ਜ਼ਿੰਮੇਦਾਰ ਹੈ ਜ਼ਿੰਮੇਦਾਰ ਪਹਿਲੀ ਗੱਲ ਕੀਤੀ ਹੈ ਮੁਸਾਫਿਰ ਭੁੱਖਾ ਲੱਗਦਾ ਬਾਦਸ਼ਾਹ ਸਜਾ ਕਹਿੰਦਾ ਅੱਲਾ ਦੇ ਜਹਾਨ ਵਿੱਚ ਕੋਈ ਐਸਾ ਦੁੱਖ ਨਹੀਂ ਜਿਹੜਾ ਮੈਂ ਨਾ ਡਿੱਠਾ ਹੋਵੇ। ਹਾਏ ਬਲਾ ਹੋਈ ਆ ਨਹੀਂ ਸੱਤਰ ਤੇ ਹਰੇ ਕੀਤੀ ਹੈ ਦੁਨੀਆ ਦੇ ਹਵਾਲਾਂ ਤੋਂ ਮਹਿਫੂਜ਼ ਰਹੋ। ਕੁਝ ਫਾਸਲੇ ਤੇ ਜ਼ਿੰਮੇਦਾਰ ਹੋ ਗਏ ਹੁਣ ਮਾਂ ਦੇ ਪਾਸੇ ਡਿੱਠਾ ਨੇ ਅੰਮਾ ਰਾਤ ਮੁਕਾਣੀ ਆਇਆ ਖੜਾ ਬੀਬੀ ਪਾਕ ਗਦਨੀ ਕੁਆਂ ਜਿਹੜਾ ਵਹਿਣ ਖੇਤੀ ਦੇ ਬੰਨੇ ਤੇ ਕੀਤਾ ਹੀ ਉਹ ਵਹਿਣ ਹੋਣ ਕਰ ਜਿਹੜਾ ਹਾਲ ਬੈਠੇ ਅੱਲਾ ਗਵਾ ਹੈ ਪੱਟੀ ਤਾਂ ਸੈਯਦ ਪਹਿਲੇ ਹੈ ਬਾਤੋਂ ਤੂੰ ਹੱਥ ਲਿਖਣ ਨਹੀਂ ਸੀ ਹਰ ਬੰਦੇ ਸ਼ਾਮਿਲ ਹੋਏ ਜ਼ਿੰਦਗੀ ਦਾ ਕੋਈ ਪਤਾ ਨਹੀਂ ਬੀਬੀ ਅੱਲਾ ਜਾਣੇ ਤੁਸੀਂ ਕੌਣ ਮਿਲੇ ਮੈਂ ਤਾਂ ਇੱਕ ਗਰੀਬ ਦੀ ਗੁਰਬਤ ਤੋਂ ਖੜਾ ਹੋਣਾ ਮਦੀਨੇ ਦਾ ਸਾਡਾ ਇੱਕ ਇਮਾਮ ਹੈ ਜਿਹਦਾ ਨਾਮ ਹੁਸੈਨ ਨਹੀਂ ਗੋਲੀ ਉਮਤੋਂ ਕੋ ਵਤਨ ਛੁੜਾਇਆ ਹਾਂ ਤਾਂ ਮੁਹੱਰਮ ਦੇ ਨਹੀਂ ਮੁਹੰਮਦ ਦੀਆਂ ਧੀਆਂ ਤੇ ਲੁੱਟ ਪੈ ਗਈ ਗਈ ਮੈਦਾ ਇਮਾਮ ਹੁਸੈਨ ਭਜਦੇ ਘੋੜੇ ਤੋਂ ਔਖਾ ਲੱਥਾ ਹਾਂ ਅਲੀ ਦੀਆਂ ਧੀਆਂ ਕੋ ਮੁਸਲਮਾਨ ਜ਼ੇਵਰ ਪਵਾ ਕੇ ਸ਼ਾਮ ਘਿੰਦਾ ਹੈ ਜਿਹੜਾ ਬੰਦਾ ਹੁਣ ਤੇ ਨਹੀਂ ਰੋਣਾ ਹੱਥ ਜੋੜ ਕੇ ਆਖੇ ਬੀਬੀ ਬੀਬੀ ਇਹ ਮੁਸਾਫਿਰ ਹੀ ਮੈਂ ਕੋ ਜ਼ਿੰਮੇਦਾਰ ਸਮਝਦੇ ਤੁਸੀਂ ਮੈਂ ਕੋ ਜ਼ਿੰਮੇਦਾਰ ਸਮਝਦੇ ਹੋ ਬੀਬੀ ਦਰ ਹਕੀਕਤ ਇਹ ਮੈਂ ਜ਼ਿੰਮੇਦਾਰ ਨਹੀਂ ਇਹ ਜ਼ਮੀਨ ਮੈਦੀ ਨਹੀਂ ਅਜਾਜ਼ਦਾਰੀ ਸੌਖੀ ਹੈ ਇਹ ਜ਼ਮੀਨ ਇਹ ਮੈਦੀ ਨਹੀਂ ਮੈਂ ਜ਼ਿੰਮੇਦਾਰ ਨਹੀਂ ਅਲੀ ਦੀ ਧੀਆ ਦਿਨ ਮਤ ਕਿੱਥਾ ਆਵਣ ਤੇ ਰੋਣ ਦੀ ਵਜ੍ਹਾ ਰੋ ਰੋ ਕੇ ਆਉਂਦੇ ਬੀਬੀ ਆਬਾਦੀ ਤੇ ਬਹਿੰਦੇ ਆ ਲੋਕ ਸਭ ਬਾਦਸ਼ਾਹ ਹੁਸੈਨ ਨੂੰ ਰੋਣ ਨਹੀਂ ਦਿੰਦੇ ਮੈਂ ਇੱਕ ਬੇਲ ਚਚਾ ਕੇ ਆਉਂਦਾ ਜ਼ਮਾਨਾ ਸਮਝਦਾ ਜ਼ਿੰਮੇਦਾਰ ਹੈ ਦਰ ਹਕੀਕਤ ਮੈਂ ਇੱਥਾਂ ਨਾ ਅਲੀ ਦੀਆਂ ਧੀਆਂ ਦੀ ਖੱਸੀ ਹੋਈ ਚਾਦਰ ਕੋ ਰੋਣ ਮੈਂ ਤੁਹਾਡੇ ਮਹਿਮਲਾਂ ਤੇ ਨਿਗਾਹ ਕੀਤੀ ਹੈ ਮੈਂ ਅੱਲਾ ਨਾਲ ਰਾਜ਼ ਵਾਲੀ ਆਸ ਦੀਆਂ ਗੱਲਾਂ ਕੀਤੀਆਂ ਮੈਂ ਆਖਿਆ ਮੈਂ ਅੱਲਾ ਹਰ ਕੋਈ ਅੱਲਾ ਹੋਇਆ ਮੈਂ ਕਦਾ ਹਰੇਕ ਸਾਂਝ ਅਕਬਰ ਦੇ ਪਾਲਣ ਵਾਲੀ ਮਾਂ ਵੱਲ ਗਈ ਹੈ ਅੱਲਾ ਗਵਾਏ ਮਹਮਲ ਤੜਪੀਏ ਬੀਬੀਆਂ ਦੀਆਂ ਵਿਛੜਾ ਤੇਰੇ ਪੰਧ ਮੁੱਕ ਗਏ ਨ ਮੇਰੇ ਜ਼ੇਵਰ ਲਹਿ ਗਏ ਨ ਮੈਂ ਵੱਲੀ ਵੈਂਦੀ ਹਾਂ ਅਲਗ ਅਲਗ ਸਹਿਣ ਰਾਜ ਦੀ ਬਿਸਮਿਲ ਬਸ ਅਲ ਅਕਬਰ ਦੀ ਜਾਗੀਰ ਦਾ ਬੰਨਾ ਜਨਾਬ ਜਾਬਰ ਸੁਣਿਆ ਹੈ ਮੁਸਾਫਿਰ ਮੇਰਾ ਸਲਾਮ ਦੋ ਗੱਲਾਂ ਸੁਣੋ ਮੈਨੂੰ ਵੈਂਡ ਕਰੋ ਮੈਂ ਇਸੇ ਤੇ ਸੋਹਣਾ ਸਵਾਲ ਗਿਆ ਮੁਸਾਫਿਰ ਮੇਰਾ ਸਲਾਮ ਬਾਦਸ਼ਾਹ ਸਜਾਦਾ ਦੇ ਨਾਨਾ ਮੇਰੇ ਲੱਗ ਸਲਾਮ ਚੁੱਪ ਕਰ ਗਏ ਲੋਕ 90 ਸਾਲ ਦੀ ਉਮਰ ਜਨਾਬ ਜਾਬਰ ਦੀ 24 ਸਾਲ ਦਾ ਸਜਾ ਦੇ ਜਨਾਬ ਜਾਬਰ ਦੀ ਕਮਰ ਫੁੱਕੀ ਹੋਈ ਹੈ ਮੋਮਿਨਾ ਸੋਟੀਆਂ ਦੀ ਟੇਪ ਤੇ ਤੁਰਦਾ ਹੈ ਥੋੜੇ ਬੰਦਿਆਂ ਮੇਰੀ ਗੱਲ ਸਮਝੀ ਹੈ ਜਨਾਬ ਜਾਬਰ ਆਦੇ ਮੁਸਾਫਿਰ ਮੇਰਾ ਸਲਾਮ ਅਲੀ ਜ਼ੈਨੁਲ ਆਬਦੀਨ ਆਦੇ ਨਾਮਾ ਜਾਬਰ ਮੁਸਾਫਿਰ ਦਾ ਸਲਾਮ ਹੋ ਗਿਆ ਅੱਲਾ ਗਵਾਹ ਹੈ ਕੋਰ ਜਾਮਦ ਮੋਮਿਨਾ ਦੇ ਰਜ਼ਈਫ ਸੋਟੀਆਂ ਜ਼ਮੀਨ ਤੇ ਸੜ ਕੇ ਆਦੇ ਤਕਰੀਬਨ ਤੈਨੀ ਮੇਰੀ ਉਮਰ ਬਰਾਬਰ ਨਹੀਂ ਮਾਤਮ ਕਰੇ ਦੇ ਨਾਮ ਕਰ ਲੈਣਾ ਇਹਨਾਂ ਦੀ ਗੁਰਬਤ ਰੋਣਾ ਚਾਹੁੰਦੇ ਹੋ ਮੈਂ ਜ਼ਾਕਿਰ
ಸುಮಂದು ಇನ್ನ ಚುಕ್ಕ ಹಿಂದಿ ಕವರ್ ತೆಗೆದ ಚಂದೇವು ತೋದ ಹಾತ್ ನಾ ಕವರ್ ತೆಗೆದ ತೋದಿ ತವಜ್ಜುಲ್ಲ ಯಾಕರ್ತ ಜನಾ ಬೇಜಾ ಮೇರಾ ಜಯ ಕರ್ ತು ಸತ ಸಯೋ ಮೇ ತಕು ಪಾನಿ ಪಿಲೇ ನಾ ಓ ಜಾನ ದ ಮೊಮಿನ ತೈ ಸೋಣಿ ಹರ ಕಿ ದಿಯ ಬಾದಶಾ ಸಜಾ ದಾ ದನ ಹೈ ನಾ ನಾ ನಗರಿ ದೇ ರಿವಾಜ ಬದಲ ಗಏ ಕ್ಯೋ ಮುಸಾಫರ್ ಫರ್ಮೇದ ನಾ ನಾ ಸಾಲ ಪಹಲೇ ಮೈ ಥೋ ಗುಜರ ಅತ್ರ ಅತ್ರ ನಿವಾರ ತ ಪಾನಿ ನಹಿ ದೇ ਕਿਸਮਤ ಮಾತು ಸಾಲೆ ಕೋಬಿ ಬ್ಯಾದ ಜಾಬೆರ್ ಗುವಾಗ ಮೈ
ਹੋਵੇ ਬਸ ਮੁਕਾਵਾਂ ਦੋ ਜਾਂ 5 ਮਿੰਟ ਦੀ ਬਗਾਇਆ ਮਜਲਿਸ ਅੱਲਾ ਗਵਾਏ ਗਵਾਨਾ ਔਰ ਟੁਰ ਪੈ ਜਨਾਬੇ ਜਾਬਰ ਮੌਲਾ ਤਰਾਏ ਮਹਮਾ ਲੈਲਾ ਸਲਾਮ Holly!